असलकुम वीरन वीर न्यू आज अन का पहला रोज़ा सी तो उन्हें क्या कि मामा आप ना अपने हाथ से बनाए मेरे लिए समोसे ते रोस्ट तो और भी बड़ा कुछ मैं क्या नहीं मेरा पुत्र बहरों मंगा लिया नहीं, नहीं, नहीं तुम मैनू बना के देना तो बस फिर ये देखे मैंने उसके लिए बनाए फ्रैश होम मेड समोसे और सारा कुछ बनाया और आज का दिन हमारा स्टार्ट हुआ ਕਿ ਉਹਦਾ ਰੋਜ਼ਾ ਸੀ ਮੈਂ ਫਿਰ ਗਈ ਟਾਊਨ ਸੈਂਟਰ ਉਹਦੇ ਵਾਸਤੇ ਕੇਕ ਲਿਆਂਦਾ ਬੱਚੇ ਨੂੰ ਨਾ ਜ਼ਰਾ ਐਕਸਾਈਟਮੈਂਟ ਹੁੰਦੀ ਹੈ ਕਿ ਮੇਰੇ ਵਾਸਤੇ ਕੁਝ ਸਪੈਸ਼ਲ ਕੀਤਾ ਹੈ ਤੇ ਮੈਂ ਰੋਜ਼ਾ ਰੱਖਿਆ ਹੈ ਉਸ ਨੂੰ ਰਿਵਾਰਡ ਕਰੇ ਤਾਂ ਕਿ ਉਹਨੂੰ ਹੋਰ ਇਨਕਰੇਜਮੈਂਟ ਹੋਏ ਕਿ ਮੈਂ ਰੋਜ਼ਾ ਰੱਖਣਾ ਹੈ ਖੈਰ ਸਾਨੂੰ ਕਮ ਸੀ ਟਾਊਨ ਸੈਂਟਰ ਪਰ ਇਹ ਫਿਰ ਆਯਾਨ ਕੇ ਲੀਏ ਵਹਾਂ ਸੇ ਕੇਕ ਖਰੀਦਾ ਉਹ ਫਿਰ ਖਾਂਦਾ ਸੂਸ਼ੀ ਸ਼ੌਕ ਨਾਲ ਫਿਰ ਉਥੋਂ ਉਹ ਵੀ ਲਈ ਅੱਗੇ ਦੇਖੇ ਰੈਸিপি ਸਮੋਸੋਂ ਕੀ ਬੜੇ ਜ਼ਬਰਦਸਤ ਬਣੇ तुसी दसो किन्ने किने, किने रेहड़ियाँ तो समोसे खाते ने पाकिस्तान में आपको पता है पकौड़ों और समोसों की रेडियों पे रमज़ान में कितनी रौनक खैर असि तो उज भी रौनक लाई होंगी है रमज़ान के बगैर भी आप सबको रमज़ान मुबारक और मैंने बनाया है समोसे और ये देखें ड्रम स्टिक दरे मैं कि बनाया पर जो भी बनाया वेख लो आलुओं का देज का चढ़ा दिया चुल्हे के ऊपर ठीक है मैं क्या चलो ਤਾਂ ਡੀ ਵੀ ਯਾਦ ਆ ਗਈ ਜੇ ਰੋਜ਼ਿਆਂ ਚ ਸਾਨੂੰ ਉੰਜ ਪੂਰਾ ਸਾਲ ਤੁਹਾਨੂੰ ਨਹੀਂ ਪੁੱਛਿਆ ਤਾਂ हमने एक कप लिया महते का फिर मैंने लगा एक कप थोड़ा मैं आधा आधा दे चुरपा देता हैं तसल्ली ते ਹੁੰਦੀ ਨਹੀਂ ਨਾ ਥੋੜੀ ਸ਼ਹਿਦ ਦੀ ਜਵੈਨ ਅੱਧਾ ਚਮਚੀ ਸੁੱਟੀ ਇਹਦੇ ਵਿੱਚ ਫਿਰ ਮੈਂ ਇਹਦੇ ਵਿੱਚ ਥੋੜੀ ਜਿਹੀ ਜਵੈਨ ਸੁੱਟੀ ਫਿਰ ਮੈਂ ਚ ਸੁੱਟਿਆ ਨਮਕ ਨਮਕ ਸੁੱਟ ਕੇ ਨਾ इसको हमने ਰਲਾ ਮਿਲਾ लिया और ये ਕੋਲੀ دیکھیں مجھے لگتا ਹੈ ये 2 ਟੇਬਲस्पून मैंने ऑयल डाला ਪਰ ਇਹਦੇ ਚ ਨਾ ਤੁਸੀਂ 4 ਟੇਬਲस्पून ਤੇਲ ਰੋੜ ਦੇਣਾ ਠੀਕ ਹੈ ਉਹ ਥੋੜਾ ਸੀ ਤਾਂ ਮੈਨੂੰ ਲੱਗਿਆ ਥੋੜਾ ਫਿਰ ਮੈਂ ਥੋੜਾ ਜਿਹਾ ਹੋਰ ਪਾ ਦਿੱਤਾ ਹੈ ਵੇਖੋ ਤੇ ਇਹਨੂੰ ਨਾ ਇੰਜ ਹੀ ਸਾਰੇ ਆਟੇ ਨੂੰ ਮੈਦੇ ਨੂੰ ਨਾ ਬਾਈਂਡ ਕਰ ਲੈਣਾ ਆਇਲ ਦੇ ਵਿੱਚ ਕਿ ਤੁਹਾਡੀ ਨਾ ਇੰਜ ਇਸ ਤਰ੍ਹਾਂ ਇਕੱਠਾ ਹੋ ਜਾਏ ਮੈਦਾ ਜਿਹੜਾ ਠੀਕ ਹੈ ਫਿਰ ਆਪਨੇ ਲੈਣਾ ਪਾਣੀ ਪਾਣੀ ਨੂੰ ਵੀ ਬੜੀ ਸੈਂਸ ਜਿਹੇ ਦਾ ਸਮੋਸਿਆਂ ਦਾ ਆਟਾ ਗੁੰਨਣਾ ਕੋਈ ਸੌਖਾ ਨਹੀਂ ਮੈਂ ਕਹਿੰਨੀ ਆ ਹੈ ਮੇਰੀਆਂ ਤੇ ਬਾਹਾਂ ਰਹਿ ਗਈਆਂ ਐਵੇਂ ਹੀ ਇੱਡਾ ਸਟਾਈਲਿਸ਼ ਬਹਾਂਦੇ ਨੇ ਸਾਰੇ ਜੀ ਹਮ ਸਮੋਸੇ ਬਣਾ ਰਿਆਂ ਸਮੋਸੇ ਸਮੋਸੇ ਸੋਖੇ ਨਹੀਂ ਜੇ ਪੂਰੀ ਬੜੀ ਮਿਹਨਤ ਮੁਸ਼ਕਲ ਵਾਲਾ ਕੰਮ ਜੇ ਤੇ ਐ ਵੇਖੋ ਫਿਰ ਪਾਣੀ ਡੋਲ ਡੋਲ ਕੇ ਨਾ ਥੋੜਾ ਥੋੜਾ ਡੋਲਣਾ ਥੋੜਾ ਥੋੜਾ ਤੇ ਇੱਡੀ ਸਖਤ ਡੋ ਗੁੰਨਣੀਏ ਕਿ ਤੁਹਾਡੇ ਹੱਥ ਟੁੱਟ ਜਾਣ ਤੁਹਾਡੇ ਹੱਥ ਟੁੱਟ ਜਾਣ ਇਹਨੂੰ ਗੁੰਦਿਆਂ ਗੁੰਦਿਆਂ ਠੀਕ ਹੈ ਮੁੱਕੇ ਦਿੱਤੀ ਵੇਖੋ ਮੁੱਕੀ ਵੀ ਨਹੀਂ ਦਿੱਤੀ ਜਾਂਦੀ ਪਈ ਇਹਨੂੰ ਇੱਡਾ ਸਖਤ ਆਟਾ ਗੁੰਨਣਾ ਗੁੰਨ ਕੇ ਤਾਪੜ ਛਾਪੜ ਕੇ ਇਹਨੂੰ ਰੱਖ ਦੇਣਾ ਇੱਕ ਪਾਸੇ ਇੰਨੀ ਦੇਰ ਚ ਸਾਡੇ ਆ ਆਲੂ ਵੀ ਉਬਾਲੀਆਂ ਮਾਰ ਮਾਰ ਕੇ ਮਾਰ ਮਾਰ ਕੇ ਵਿਚਾਰੇ ਇੰਜ ਹੋ ਗਏ ਪਰ ਬੜੇ ਹੀ ਗਰਮ ਸਣ ਹੈ ਹਾਥੀ ਸੜਨ ਬਲਣ ਲਾ ਗਏ ਮੇਰੇ ਮੈਂ ਕੀ ਆ ਕੇ ਚਲੋ ਇੰਨਾ ਕ ਐਕਸ਼ਨ ਤੁਹਾਨੂੰ ਦਿਖਾਨੀਆਂ ਬਸ ਬਾਕੀ ਦਾ ਬਾਅਦ ਚ ਬਿਹਾਈਂਡ ਦਾ ਸੀਨ ਹੋ ਜਾਏਗਾ ਤੇ ਐ ਨਾ ਮੇਰੇ ਕੋਲ ਡਰਮ ਸਟਿਕ ਬੜੀ ਵੀ ਤੇ ਚਿਕਨ ਲੈਗਸ ਜਿਹੜੀਆਂ ਨਾ ਮੈਂ ਇੱਕ ਦਿਨ ਪਹਿਲਾਂ ਰੋਸਟ ਕੀਤੀਆਂ ਸਨ ਆ ਪੰਜ 6 ਬੱਚੀਆਂ ਆ ਸਨ ਤੇ ਮੈਂ ਉਹਦੇ ਚ ਦੋ ਆਲੂ ਤਿੰਨ ਆਲੂ ਬਾਲ ਕੇ ਸੁੱਟੇ आ फड़या मैशर ये मैं मैश किया कालिया मिर्च फिर इसमें मैने सुटिया थोड़िया जो लाल मिर्चा मुकिया है ना समझियो रेसिपी इन्नी बोतिया पा लियो <laughs> का मिर्च गर्म मसाला और नमक और फिर ये प्याज और धनिया और हरी मिर्चें इनको भी काट वाट के इस तरह से इसमें आपने ना मिक्स कर लेना है ठीक है आटा अस गुन के रख दिता ना उन्होंने थोड़ी देर प्यार तो ये अगली कारवाई ये फिर हड्डियों से जो हमने ਉਤਾਰਾ ਵਦਨ ਵੇਖੋ ਹੱਡੀ ਦੇ ਵੀ ਕਿੰਨੀ ਵੈਲਿਊ ਜਹੈਂ ਐ ਵੇਖੋ ਜ਼ਰਾ ਐਸੇ ਬਣਾਨੀ ਆਪਨੇ ਡਰਮ ਸਟਿਕ ਘਰ ਵਾਲੋਂ ਕੋ ਕੈਸੇ ਬੇਵਕੂਫ ਬਣਾਣਾ ਐਸੇ ਇੰਜ ਪਾਗਲ ਬਣਾਣਾ ਜੇ ਕੱਲ ਦਾ ਬੱਚਿਆ ਖਾਣਾ ਇੰਜ ਤੁਸੀਂ ਨਵਾਂ ਨਕੋਰ ਕਰਕੇ ਬ੍ਰਾਂਡਡ ਉਹਨਾਂ ਦੇ ਅੱਗੇ ਰੱਖ ਦੇਣਾ ਉਹਨਾਂ ਨੇ ਵੀ ਵਾਹ ਵਾਹ ਕਰਕੇ ਖਾਣਾ ਤਾਂ ਫਿਰ ਅਮਨੇ ਥੋੜਾ ਸਾ ਸੁਟਾ ਔਇਲ ਉਸਮੇ ਸੁਟਾ ਜ਼ੀਰਾ ਜ਼ੀਰੇ ਮੇ ਸੁਟਾ ਲਸਣ ਅਦਰਕ ਥੋੜਾ ਸਾ ਫਿਰ ਇਹ ਦੇਖੇ ਹਰੀ ਮਿਰਚੇ ਥੋੜੀ ਸੀ ਸੁਟੀ ਔਰ ਫਿਰ ਆਪਨੇ ਇਸ ਕੋ ਕਮਾਨਾ ਐਨਾ ਸੀ ਆਲੂਆਂ ਦਾ ਮਿਕਸਚਰ ਤਿਆਰ ਕਰਨ ਲੱਗੀਆਂ ਸਮੋਸਿਆਂ ਵਾਸਤੇ ਠੀਕ ਹੈ ਤਾਂ ਬਸ ਫਿਰ ਇਸ ਤਰ੍ਹਾਂ ਕਰਕੇ ਮੇਰੇ ਕੋਲ ਲਾਲ ਮਰਚਾਂ ਕੇ ਨਾ ਮੁਕੀਆਂ ਮੱਛਲੀ ਸੋਸੇ ਦੇ ਵਿੱਚ ਪਾ ਕੇ ਇਸ ਵਿੱਚ ਇਹ ਜੋ हमने ਉਬਾਲੇ ਹੋਏ تھے ਨਾ ਆਲੂ इनको शूट ਕੇ ਤੋਂ ਬਸ ਮੈਸ਼ਰ से इनको भी ਕਰ ਲਿਆ ਤੇ ਇਹ ਵੀ ਨਾ ਕਿਧਰੋਂ ਕਿਧਰੋਂ ਵਈ ਰਹਿ ਜਾਣ ਕਿਸੇ ਵਿੱਚ ਮਿਕਸਚਰ ਗਿਆ ਹੋਏ ਕਿਸੇ ਵਿੱਚ ਨਾ ਗਿਆ ਹੋਏ ਬੜੇ ਵਧੀਆ ਇਹ ਮੈਂ ਤੁਹਾਨੂੰ ਕਿਹਾ ਪਾਕਿਸਤਾਨ ਜਿਸ ਤਰ੍ਹਾਂ ਰੇੜੀਆਂ ਚ ਨਹੀਂ ਸਨ ਬਣਦੇ ਰੇੜੀਆਂ ਤੇ ਬਹੁਤ ਹੀ ਘੱਟ ਮਸਾਲਿਆਂ ਨਾਲ ਸਮੋਸੇ ਬੜੇ ਮਜ਼ੇਦਾਰ ਤੋਂ ਬਸ ਇਹ ਫਿਰ ਹਮਨੇ ਨਾ ਮੈਂ ਵੀ ਕਟਿਆ ਛੋੜੀ ਨਾਲ ਡਿਜ਼ਾਈਨਿੰਗ ਨਾਲ ਮੈਂ ਕਿਹੰਜੇ ਕੱਟਦੇ ਨੇ ਹਰ ਕੋਈ ਵੀਡੀਓ ਚ ਵਾਈ ਮੈਂ ਜੋ ਵੇਲਣ ਲੱਗੀ ਇਹਨੂੰ ਰੋਟੀ ਨੂੰ ਰੋਟੀ ਤੇ ਵੇਲੇ ਹੀ ਨਾ ਸਮੋਸਿਆਂ ਵਾਲੀ ਹੈ ਇਹ ਡੀ ਸਖਤ ਡੀ ਸਖਤ ਹੈ ਰੋਟੀ ਨੇ ਤੇ ਜਿਵੇਂ ਵੱਟੇ ਖਾਦੇ ਸਨ ਬਹੁ ਮਰ ਰਹਿ ਗਿਆ ਮੈਂ ਕਿਹਾ ਮੈਂ ਦੋ ਤਿੰਨ ਦਿਨ ਹੋਰ ਇਹ ਜਿਵੇਂ ਵੇਲਦੀ ਨਾ ਰੋਟੀ ਮੈਂ ਤੇ ਬਸ ਸੋਮੋ ਰੈਸਲਰ ਬਣ ਜਾਣਾ ਸੀ ਹੈ ਬਹੁਤ ਹੀ ਹੱਟ ਪਤਲੀਆਂ ਜਿਹੜੀਆਂ ਸੁਣੀ ਆਂ ਬਸ ਫਿਰ ਪਹਿਲਵਾਨ ਬਣ ਜਾਣਾ ਸੀ ਮੈਂ ਬਸ ਫਿਰ हमने इसको रखा ऐसे ਪਤਾ ਨਹੀਂ ਕੈਮਰੇ ਦਾ ਮੂੰਹ ਕਿੱਧਰ ਐ ਲੋ ਇਧਰ ਕਰ ਲਿਆ ਹੁਣ ਵਿੱਚ ਵਿੱਚ سے ਕਾਟਾ ਮਾਰਾ ਔਰ इसको ਰੱਖਾ ਪਲੇਟ ਮੇ ਤੇ ਬਸ ਹੁਣ ਮੈਂ ਕਿਹਾ ਚਲੋ ਸਮੋਸਿਆਂ ਕਿਨਾਂ ਰੋਟੀਆਂ ਹਮ ਪਰਨੀ ਸ਼ੁਰੂ ਕਰਦੇ ਪਤਾ ਨਹੀਂ ਕੈਮਰੇ ਦਾ ਮੂੰਹ ਕਿੱਧਰ ਸੀ ਅੱਧਾ ਐਕਸ਼ਨ ਆਇਆ ਤੇ ਦੰ ਨਹੀਂ ਆਇਆ ਤਾਂ ਫਿਰ ਸਮੋਸੇ हमने ਸਾਰੇ ਬਣਾ ਲਏ ਤਾਂ ਮੈਨੇ ਨਾ ਦੋ ਅੰਡੇ ਇਸਮੇ ਫੈਂਟੇ ਠੀਕ ਹੈ ਅੰਡੇ ਫੈਂਟ ਕੇ ਤੇ ਐ ਬ੍ਰੈਡ ਕ੍ਰੰਬਸ ਹਨ ਅਮਤ ਸੁੱਟੇ ਦੂਜੀ ਕੋਲੀ ਦੇ ਵਿੱਚ ਐਸੀ ਨਾ ਜੜੀਆਂ ਡਰਮ ਸਟਿਕਾਂ ਬਣਾਈਆਂ ਸਨ ਪਹਿਲਾਂ ਤੇ ਮੈਂ ਫਨਕਾਰੀ ਕੀਤੀ ਕੀਤੀ ਉਹਨੂੰ ਮੈਦੇ ਚ ਵੀ ਲਪੇਟਿਆ ਫਿਰ ਉਹ ਮੈਨੂੰ ਠੀਕ ਨਹੀਂ ਲੱਗਾ ਮੈਂ ਕਿ ਬਸ ਅੰਡੇ ਔਰ ਜੋ ਹੈ ਨਾ ਇਹ ਬ레ਡ ਕ੍ਰੰਬਸ ਬਸ ਇੰਨਾ ਤੱਕ ਹੀ ਮੈਂ ਰਵਾਂ ਮੈਂ ਡੀ ਫਨਕਾਰੀ ਨਾ ਹੀ ਕਰਾਂ ਇਹਨਾਂ ਦੀ ਤੇ ਬਸ ਇੱਕ ਵਾਰੀ ਉਹਦੇ ਚ ਡਬੋਇਆ ਇੱਕ ਵਾਰੀ ਬਸ ਐਹੀ ਕੁਛ ਇੱਧਰ ਡਬੋ ਉੱਧਰ ਡਬੋ ਤੇ ਲੋ ਰੈਡੀ ਹੋ ਗਏ ਜੇ ਬ레ਡ ਕ੍ਰੰਬਸ ਸਾਰੇ ਤੇ ਬਸ ਫਿਰ ਅਮਨੇ ਕਰ ਕਰਾ ਕੇ ਇਸ ਤੇ ਮੈਂ ਕੋਈ ਪੰਜ ਕੇ 6 ਸਣ ਤੇ ਬਸ ਐ ਫਰ ਅਸੀਂ ਕਰ ਲਏ ਇਹ ਜੋ ਸਮੋਸੋਂ ਕੀ ਲਾਈਵ ਹੈ ਨਾ ਇਹ ਮੈਨੇ ਕੱਲ ਕੀਤੀ ਤੁਸੀਂ ਉਹਦੇ ਚ ਵੇਖੇ ਹੋਣਗੇ ਸਮੋਸੇ ਕਿੰਜ ਬਣੇ ਨੇ ਬਸ ਫਿਰ ਇਹ ਹਮਨੇ ਨਾ ਇਹ ਜੋ ਹੈ ਆਪਣੀਆਂ ਡਰਮ ਸਟਿੱਕਾਂ ਇਹਨਾਂ ਨੂੰ ਅਸੀਂ ਇਸ ਤਰ੍ਹਾਂ ਨਾ ਪਕਾ ਲਿਆ ਤੇ ਬੜੀਆਂ ਵਧੀਆ ਬਣੀਆਂ ਬੜੀ ਜ਼ਬਰਦਸਤ ਬਣੀ ਦੇਖੇ ਕਿੱਡੀਆਂ ਸੋਹਣੀਆਂ ਲੱਗਦੀਆਂ ਪਰ ਨਾ ਆਈਸਕ੍ਰੀਮ ਬਰ ਗਈ ਤਾਂ ਫਿਰ ਹਮਨੇ ਕਾ ਚੱਲੇ ਅਬ ਹਮ ڈالਦੇ ਹਾਂ ਸਮੋਸੇ ਸਮੋਸੋਂ ਕੋ ਹਮਨੇ ਵਾਰੀ ਵਾਰੀ ਓਇਲ ਜੋ ਹੈ ਨਾ ਆਪਨੇ ਮੀਡੀਅਮ ਹੀਟ ਤੇ ਰੱਖਣਾ ਇੱਡਾ ਵੀ ਨਹੀਂ ਤੜਫਦੇ ਤੇਲ ਚ ਪਾ ਦੋ ਕਿ ਸਮੋਸੇ ਸੜ ਕੇ ਤੁਹਾਡੇ ਸੁਆਹ ਹੋ ਜਾਣ ਉਸ ਕੋ ਜਰਾ ਐਸੇ ਹੀ ਕਰਨਾ ਹੈ ਤੋ ਇਹ ਬਰੈਡ ਕ੍ਰੰਮਸ ਕੀ ਵਜ੍ਹਾ ਸੇ ਨਾ ਉਤੇ ਚੱਗ ਬਣ ਗਏ ਹੈ ਨਾ ਸਮਝਿਓ ਕਿ ਮੈਂ ਵਿੱਚ ਇੱਕ ਚਮਚਾ ਸਰਫ ਦਾ ਵੀ ਪਾਇਆ ਹੈ ਹੈ ਇਧਰ ਜ ਸਰਫ ਨਹੀਂ ਪਾਇਆ ਤੇਲ ਚ ਇਹ ਬਰੈਡ ਕ੍ਰੰਮਸ ਨਾਲ ਚੱਗ ਬਣ ਗਏ ਜੇ ਤੇਲ ਦੇ ਉਤੇ ਠੀਕ ਹੈ ਬਸ ਇਸ ਤਰ੍ਹਾਂ ਇਸ ਕੋ ਵਾਰੀ ਵਾਰੀ ਪਰਤਾ ਲੈਣਾ ਅਮਨੇ ਵੇਖੋ ਕਿੱਡੇ ਸੋਹਣੇ ਫੋੜਾ ਮਾਰ ਕੇ ਸਮੋਸੇ ਸਮੋਸਾਂ ਕੇ ਉਪਰ ਬੁਲਬਲੀਆਂ ਇਤਨੀ ਸੋਹਣੀ ਬਣੀ ਹੋਈਆਂ लग रहे हैं कि नहीं प्रोफेशनल बिल्कुल फर्स्ट क्लास से तो बस पर इनको वारी वारी परताएंगे इस तरह से हम और हम इस तरह से निकालेंगे मेरे बेटे का पहला रोज़ा था तो उन्हें मैंने किया मामा आप बनाए मेरे लिए हैं आप मेरे लिए ना घर मैं क्या बारो मंगा लेने ना करो <laughs> पर नहीं ने तो मेरे हाथ देख खाने तो फिर मैं चीजा भी दो ही बनाई क्योंकि इन्ना टाइम लग गया फिर तो बस फिर फ्रैश इन्ना कि मैं क्या चल हूँ तो खा ਅੱਗੋਂ ਤੁਸੀਂ ਵੇਖੋ ਆਯਾਨ ਦੀਆਂ ਗੱਲਾਂ ਬਾਤਾਂ ਉਹਨੇ ਰੋਜ਼ਾ ਆਪਣਾ ਕਿੰਜ ਖੋਲਿਆ ਤੇ ਕਿਸ ਤਰ੍ਹਾਂ ਕੀਤਾ ਮੈਂ ਕਹਿੰਨੀ ਆ ਬੱਚਿਆਂ ਨੂੰ ਨਵੀਆਂ ਚੀਜ਼ਾਂ ਸਿਖਾਣੀਆਂ ਬੜੀਆਂ ਹੀ ਜ਼ਰੂਰੀ ਨੇ ਉਹਨਾਂ ਨੂੰ ਪਤਾ ਚੱਲਦਾ ਕਿ ਰੋਜ਼ੇ ਦਾ ਮਕਸਦ ਕੀ ਏ ਉਹਨਾਂ ਨੂੰ ਪਤਾ ਚੱਲਦਾ ਕਿ ਭੁੱਖ ਪਿਆਸ ਦੀ ਕੀਮਤ ਕੀ ਏ ਤੇ ਆਯਾਨ ਨੇ ਅੱਜ ਬੜਾ ਸੋਹਣਾ ਆਪਣਾ ਰੋਜ਼ਾ ਪੂਰਾ ਕੀਤਾ ਤੇ ਤੁਸੀਂ ਵੇਖੋ ਅੱਗੋਂ ਸੁਣੋ ਉਹਦੀਆਂ ਗੱਲਾਂ ਬਾਤਾਂ ਉਹਨੇ ਕੀ ਕੋਸ਼ਿਸ਼ ਕੀਤਾ

Oh, what time is it? What time is it? still no, 34. It's, it's five more minutes! Five more minutes! Five more minutes! Okay, it's 7.40, it? everybody. Oh. Bismillah ar-Rahman ar-Rahim. Ar Allahumma, 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 Allahumma inni. Allahumma inni. Allahumma inni. Allahumma inni. La kasumtu. La Vabikamantu. Wa bika amantu. Wa bika amantu. Wa alayka tawakkaltu. Wa alayka tawakkaltu. Wa la rizki ka aftartu.